ਉਹ ਅਲੀ ਖੜਾ ਵਾ ਉਹਦੇ ਕੋਲ ਜਾ ਕੇ ਮੋਟਰਸਾਈਕਲ ਮੰਗਦੇ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਜੀ ਭਾਈ ਕੀ ਹਾਲ ਚਾਲ ਆ ਠੀਕ ਹੋ ਜੀ ਭਾਈ ਸ਼ੁਕਰ ਅੱਲਾ ਦਾ ਮੈਂ ਠੀਕ ਹਾਂ ਤੂੰ ਸੁਣਾ ਅਲਹਮਦੁਲਿਲਾ ਜੀ ਭਾਈ ਯਾਰ ਇੱਕ ਕੰਮ ਸੀ ਛੋਟਾ ਜਿਹਾ ਹੁਕਮ ਕਰੋ ਯਾਰ ਮੋਟਰਸਾਈਕਲ ਚਾਹੀਦੀ 5 ਮਿੰਟ ਵਾਸਤੇ ਮੋਟਰਸਾਈਕਲ ਨਹੀਂ ਯਾਰ ਮੈਂ ਜ਼ਰਾ ਜਾਣਾ ਵਾ ਯਾਰ ਸਿਰਫ 5 ਮਿੰਟ ਵਾਸਤੇ ਚਾਹੀਦੀ ਮੁੜ ਕੇ ਦਸਤੀ ਵਾਪਸ ਆ ਜਾਣਾ ਪੱਕੀ ਗੱਲ ਆ 5 ਮਿੰਟ ਚਲੋ ਮੈਂ ਤੈਨੂੰ ਦੇ ਰਿਹਾ ਵਾਂ ਲੇਕਿਨ 5 ਮਿੰਟ ਤੋਂ 6ਵਾਂ ਮਿੰਟ ਨਾ ਹੋਵੇ ਠੀਕ ਹੋ ਗਿਆ ਉਮਰ ਸਾਰੀ ਭਾਈ 5 ਮਿੰਟ ਦਾ ਮਤਲਬ 5 ਮਿੰਟ ਹਾਂ ਹਾਂ 5 ਮਿੰਟ ਭਾਈ ਯਾਰ 10 ਮਿੰਟ ਹੋ ਗਏ ਅਜੇ ਨਹੀਂ ਮੁੜਿਆ ਚਲੋ ਕਾਲ ਕਰਦਾ ਹੈਲੋ ਯਾਰ ਕਿੱਥੇ ਰਹਿ ਗਿਆ ਵਾਂ 10 ਮਿੰਟ ਹੋ ਗਿਆ ਤੂੰ 5 ਮਿੰਟ ਦਾ ਕਹਿ ਕੇ ਗਿਆ ਸੀ ਮੈਨੂੰ ਓ ਹਾਂ ਯਾਰ ਮੈਨੂੰ ਪਤਾ ਵਾ 10 ਮਿੰਟ 'ਚ ਆ ਰਿਹਾ 10 ਮਿੰਟ 'ਚ ਆ ਰਿਹਾ ਠੀਕ ਆ ਚੱਲ ਠੀਕ ਆ ਮੇਰਾ ਵੀਰ ਜਲਦੀ ਆ ਜਾ ਯਾਰ ਪੂਰਾ ਘੰਟਾ ਹੋ ਗਿਆ ਹਜੇ ਤੱਕ ਮੁਰਿਆ ਨਹੀਂ ਬਲਾਲ ਚਲੋ ਮੈਂ ਇਹਨੂੰ ਕਾਲ ਕਰਦਾ ਫੇਰ ਹੈਲੋ ਉਹ ਕਿੱਥੇ ਰਹਿ ਗਿਆ ਵਾ ਯਾਰ ਪੂਰਾ ਘੰਟਾ ਹੋ ਗਿਆ ਤੂੰ 5 ਮਿੰਟ ਦਾ ਕਹਿ ਕੇ ਗਿਆ ਸੀ ਮੈਨੂੰ ਓ ਯਾਰ ਤੇਰੀ ਮੋਟਰਸਾਈਕਲ ਚੋਰੀ ਹੋ ਗਈ ਯਾਰ ਕੀ ਮੋਟਰਸਾਈਕਲ ਚੋਰੀ ਹੋ ਗਈ ਆ ਭਾਈ ਮੈਨੂੰ ਨਹੀਂ ਪਤਾ ਕਿਸੇ ਵੀ ਤਰੀਕੇ ਮੇਰੀ ਮੋਟਰਸਾਈਕਲ ਵਾਪਸ ਲਿਆ ਨਹੀਂ ਤੇ ਮੇਰੇ ਅੱਬੇ ਨੇ ਲੱਤਾਂ ਤੋੜ ਦੇਣੀਆਂ ਮੇਰੀਆਂ ਓ ਯਾਰ ਟੈਨਸ਼ਨ ਨਾ ਲੈ 5-6 ਘੰਟੇ ਟਾਈਮ ਦੇ ਤੈਨੂੰ ਲੱਭ ਦੇਣਾ ਭਾਈ ਤੇਰੀ ਮਿਹਰਬਾਨੀ ਆ ਤੂੰ 5 ਤੋਂ 6 ਘੰਟੇ ਲੈ ਲਾ ਪਰ ਮੇਰੀ ਮੋਟਰਸਾਈਕਲ ਜਲਦੀ ਤੋਂ ਜਲਦੀ ਵਾਪਸ ਲੈ ਗਿਆ ਮੇਰੇ ਅੱਬੇ ਨੇ ਮੈਨੂੰ ਘਰੇ ਨਹੀਂ ਵੜਨ ਦੇਣਾ ਯਾਰ 5-6 ਘੰਟੇ ਨਾ ਲੱਭੀ ਤੇ ਮੈਂ ਤੈਨੂੰ ਨਵੀਂ ਲੈ ਕੇ ਦਊਂਗਾ ਯਾਰ ਬੇਫਿਕਰ ਹੋ ਜਾ ਬਸ 5-6 ਘੰਟੇ ਟਾਈਮ ਦੇ ਠੀਕ ਆ ਭਾਈ ਚਲੋ ਵੇਖਦੇ ਹਾਂ ਹੁਣ ਮੋਟਰਸਾਈਕਲ ਲਿਆਂਦਾ ਕਿ ਨਹੀਂ ਲਿਆਂਦਾ ਵੈਸੇ ਉਹਨੇ ਮੈਨੂੰ ਇਹ ਵੀ ਗੱਲ ਕਹੀ ਆ ਕਿ ਜੇ ਮੋਟਰਸਾਈਕਲ 5 ਤੋਂ 6 ਘੰਟੇ ਵਿੱਚ ਨਾ ਆਈ ਤੇ ਉਹ ਮੈਨੂੰ ਨਵੀਂ ਲੈ ਕੇ ਦੇਗਾ ਚਲੋ ਵੇਖਦੇ ਹਾਂ ਕੀ ਕਰਦਾ ਉਮਰ ਸਾਰੀ ਉਹ ਲੱਭ ਗਈ ਮੇਰੀ ਮੋਟਰਸਾਈਕਲ ਭਾਈ ਬੜੀ ਔਖੀ ਲੱਭੀ ਚੋਰਾ ਮਗਰ ਭੱਜ ਭੱਜ ਕੇ ਰਹਿ ਗਿਆ ਤੂੰ ਮੇਰਾ ਸੋਹਣਾ ਵੀਰ ਆ ਮੇਰੀ ਮੋਟਰਸਾਈਕਲ ਬਚਾ ਲਈ ਠੀਕ ਆ ਵੀਰ ਮੈਂ ਚੱਲਦਾ ਹੁਣ ਅੱਬਾ ਮੈਨੂੰ ਘਰੇ ਵਾੜ ਲੇਗਾ ਅਗਰ ਤੁਸੀਂ ਵੀ ਆਪਣੇ ਦੋਸਤ ਕੋਲੋਂ 5 ਮਿੰਟ ਦਾ ਕਹਿ ਕੇ 5-6 ਘੰਟੇ ਮੋਟਰਸਾਈਕਲ ਇਸਤੇਮਾਲ ਕਰਨਾ ਚਾਹੁੰਦੇ ਹੋ ਤੇ ਇਹ ਤਰੀਕਾ ਅਪਣਾਓ ਗੱਲ ਸੁਣੋ ਇਹ ਟ੍ਰਿਕ ਪਾਕਿਸਤਾਨ ਤੋਂ ਬਾਹਰ ਨਹੀਂ ਜਾਏਗੀ